ਸੂਰਜ ਨੂੰ ਹੱਥ ਪਾਉਣਾ ਔਖਾ, ਤਾਰੇ ਤੋੜ ਲਿਆਉਣਾ ਔਖਾ। ਸਾਗਰ ਨੂੰ ਕਦੇ ਮਿਣਿਆ ਨਹੀਂ ਜਾਂਦਾ, ਸਾਗਰ ਨੂੰ ਕਦੇ ਮਿਣਿਆ ਨਹੀਂ ਜਾਂਦਾ, ਅਤੇ ਪੱਥਰਾਂ ਨੂੰ ਪਿਘਲਾਉਣਾ ਔਖਾ। ਕਹਿੰਦੇ ਤਾਰ ਨੂੰ ਸਿਰਫ ਤਾਰ ਸਮਝ ਕੇ ਅਤੇ ਸੁਰ ਦੇ ਵਿੱਚ ਗਾਉਣਾ ਔਖਾ। ਸੱਤਿਆ ਸਭ ਗੱਲਾਂ ਭੁੱਲ ਸਕਦੀਆਂ ਨੇ, ਪਰ ਪਹਿਲਾ ਪਿਆਰ ਭੁਲਾਉਣਾ ਔਖਾ। ਸੋ ਉਹ ਫਨਕਾਰ ਜਿਨ੍ਹਾਂ ਦਾ ਪਹਿਲਾ ਪਿਆਰ ਜਿਹੜਾ ਉਹ ਸੁਰ ਹੈ, ਉਹ ਸਭ ਲੋਕ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਬਾਕੀ ਸਭ ਕੰਮ ਜਿਹੜੇ ਨੇ ਉਹ ਸੈਕੰਡਰੀ ਕਰਕੇ ਸਿਰਫ ਗਾਇਕੀ ਨੂੰ ਆਪਣੀ ਮੰਜ਼ਿਲ ਮੰਨ ਲਿਆ। ਸੋ ਉਹ ਪੰਜ ਹੋਣਹਾਰ ਟੈਲੈਂਟਡ ਸਿੰਗਰਸ ਜਿਹੜੇ ਨੇ ਅੱਜ ਪਰਫੋਰਮ ਕਰ ਰਹੇ ਨੇ ਜੀ ਵੋਇਸ ਆਫ ਪੰਜਾਬ ਦੇ ਇਸ ਗ੍ਰੈਂਡ ਫਿਨਾਲੇ ਦੇ ਵਿੱਚ। ਔਰ ਇੱਕ ਵਾਰ ਮੈਂ ਹੋਰ ਦੱਸ ਦਿਆਂ ਕਿ ਗੋਦਰੇਜ ਨੰਬਰ 1 ਵੱਲੋਂ ਇੱਕ ਕੰਟੈਸਟ ਸ਼ੁਰੂ ਕੀਤਾ ਗਿਆ ਸੀ, ਔਰ ਉਸ ਕੰਟੈਸਟ ਵਾਸਤੇ ਸਾਨੂੰ ਬਹੁਤ ਸਾਰੀਆਂ ਐਂਟਰੀਆਂ ਆਈਆਂ ਸੀਗੀਆਂ, ਜਿਨ੍ਹਾਂ ਦੇ ਵਿੱਚ ਗੋਦਰੇਜ ਨੰਬਰ 1 ਹਨੀ ਐਂਡ ਗਲਿਸਟਰਿਨ ਵਿੰਟਰ ਮੋਇਸਚਰਾਈਜ਼ਿੰਗ ਸੋਪ ਖਰੀਦੇ, ਅਤੇ ਪੈਕ ਦੇ ਉੱਪਰ ਲਿਖੇ ਹੋਏ ਕੋਡ ਸਾਨੂੰ SMS ਕੀਤੇ ਸੀਗੇ। ਅਤੇ ਐਂਟਰੀ ਭੇਜਣ ਵਾਲੇ ਬਹੁਤ ਸਾਰੇ ਲੋਕਾਂ ਦੇ ਵਿੱਚੋਂ ਉਹ ਕੰਟੈਸਟੈਂਟ ਜੋ ਵਿਨਰਸ ਹੋਏ ਸੀਗੇ ਉਹ ਸਾਡੇ ਵਿੱਚ ਅੱਜ ਸ਼ਾਮਿਲ ਨੇ। ਕਿੱਥੇ ਸ਼ਾਮਿਲ ਨੇ ਜੀ? ਮੈਂ ਓਕੇ, ਸੋ ਆਓ ਜੀ ਸ਼ੁਰੂ ਕਰਦੇ ਹਾਂ ਰੋਇਲ ਸਟੈਗ ਵੋਇਸ ਆਫ ਪੰਜਾਬ ਸੀਜ਼ਨ 5 ਪੰਜਾਬੀ ਫੋਕ ਓਰੀਐਂਟਡ ਸੌਂਗਸ ਰਾਊਂਡ। ਅਤੇ ਇਸ ਤੋਂ ਪਹਿਲਾਂ ਕਿ ਮੈਂ ਇਸ ਰਾਊਂਡ ਵਾਸਤੇ ਆਪਣੇ ਫਾਈਨਲਿਸਟ ਨੂੰ ਮੰਚ 'ਤੇ ਸੱਦਾ ਦੇਵਾਂ, ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਵੀ ਸੁਰੀਲਾ ਮੁੰਡਾ ਅਤੇ ਜਿਹੜੀ ਵੀ ਸੁਰੀਲੀ ਕੁੜੀ ਅੱਜ ਦੇ ਵਿਨਰ ਬਣਨਗੇ, PTC ਨੈਟਵਰਕ ਵੱਲੋਂ ਦਿੱਤਾ ਜਾਏਗਾ ਉਹਨਾਂ ਨੂੰ 1,00,000 ਰੁਪਏ ਦਾ ਇਨਾਮ, ਅਤੇ ਉਸਦੇ ਨਾਲ ਹੀ ਫੈਡਰਲ ਬੈਂਕ ਵੱਲੋਂ 50,000 ਰੁਪਏ ਦਾ ਇਨਾਮ ਹੈ, ਅਤੇ PTC ਨੈਟਵਰਕ ਵੱਲੋਂ ਫਸਟ ਰਨਰ ਆਪ ਨੂੰ ਮਿਲੇਗਾ 75,000 ਰੁਪਏ ਦਾ ਇਨਾਮ, ਔਰ ਅਤੇ ਸੈਕਿੰਡ ਰਨਰ ਆਪ ਨੂੰ 50,000 ਦਾ ਇਨਾਮ। ਅਤੇ ਨਾਲ ਹੀ ਇੱਕ ਵਾਰ ਫਿਰ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਸਾਡੇ ਸਾਰੇ ਸਪੋਂਸਰਸ, ਟਾਈਟਲ ਸਪੋਂਸਰ ਰਾਇਲ ਸਟੈਗ, ਕੋ ਪ੍ਰੈਜ਼ੈਂਟਰ ਵੈਸਲੀਨ ਐਂਡ ਅਮੁਲ, ਪਾਵਰਡ ਬਾਈ ਕੋਲਗੇਟ ਡੈਂਟਲ ਕਰੀਮ, ਗੋਦਰੇਜ ਨੰਬਰ 1 ਹਨੀ ਐਂਡ ਗਲਿਸਟਰਿਨ ਸੋਪ। ਇਹਨਾਂ ਦਾ ਨਾਂ ਲੈਣਾ ਬੜਾ ਜ਼ਰੂਰੀ ਹੈ, ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ। ਐਸੋਸੀਏਟ ਸਪੋਂਸਰਸ ESS ਗਲੋਬਲ ਆਈਬਾਲ ਐਂਡ ਡੀ ਸਮਾਰਟਫੋਨ, ਬਜਾਜ ਆਲਮੰਡ ਡਰੋਪ ਹੇਅਰ ਆਇਲ, ਸਟ੍ਰੀਕਸ ਇੰਸਟਾ ਕਰੀਮ ਹੇਅਰ ਕਲਰ, ਟਾਟਾ T1 ਟਰੋਕਿੰਗ ਰੇਸਿੰਗ ਚੈਂਪੀਅਨਸ਼ਿਪ, ਟੈਲੀਕਾਮ ਪਾਰਟਨਰ ਆਈਡੀਆ, ਬੈਂਕਿੰਗ ਪਾਰਟਨਰ ਫੈਡਰਲ ਬੈਂਕ, ਆਟੋਮੋਬਾਈਲ ਪਾਰਟਨਰ ਮਹਿੰਦਰਾ ਸਕਾਰਪੀਓ, ਫੈਸ਼ਨ ਪਾਰਟਨਰ ਜਹਾਂ ਪਨਾਹ, ਵਾਰਡਰੋਬਸ ਪੈਂਟਾਲੂਮ ਐਂਡ ਜੱਜਿਸ ਵਾਰਡਰੋਬ ਬਾਏ ਮਾਹੇ ਡਿਜ਼ਾਈਨ ਸਟੂਡੀਓ ਬਾਏ ਮੁਕੇਸ਼ ਮਹਿਰਾ ਅੰਮ੍ਰਿਤਸਰ, ਫੀਮੇਲ ਵਾਰਡਰੋਬ ਬਾਏ CKC ਸਟੂਡੀਓ ਬਾਏ ਪੰਕਜ ਠਾਕੁਰ ਲੁਧਿਆਣਾ, ਜਿਊਲਰੀ ਬਾਏ ਲਕਸ਼ਮੀ ਸਟੋਰ ਲੁਧਿਆਣਾ, ਐਂਡ ਲਾਸਟ ਬਟ ਨੋਟ ਦਾ ਲੀਸਟ ਮੇਕਅਪ ਬਾਏ VLCC ਔਰ ਮੋਹਾਲੀ ਵਾਲੇ। ਉਹਦੇ ਨਾਲ ਹੀ ਇੱਕ ਵਾਰੀ ਜ਼ੋਰਦਾਰ ਤਾੜੀਆਂ, ਕਿਉਂਕਿ ਸ਼ੁਰੂ ਕਰਨ ਜਾ ਰਹੇ ਆਪਣਾ ਪਹਿਲਾ ਰਾਊਂਡ, ਫੋਕ ਰਾਊਂਡ। ਕਹਿੰਦੇ ਮੇਰੀ ਬੋਲੀ ਦੀ ਆਵਾਜ਼ ਸਾ ਸੱਚ ਆਖਾਂ, ਅਤੇ ਮੰਨਾ ਮੈਂ ਪੰਜਾਬੀ ਦਾ ਪੀਰ, ਤੈਨੂੰ ਦਿੱਤੀ ਜਿੰਦ ਤੂੰ ਹੀਰ ਸਲੇਟੜੀ ਨੂੰ, ਅਤੇ ਦੇਗੀ ਸਦਾ ਦੀ ਜ਼ਿੰਦਗੀ ਹੀਰ ਤੈਨੂੰ। ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਡਾ ਅੱਜ ਦਾ ਇਹ ਪਹਿਲਾ ਫੋਕ ਰਾਊਂਡ, ਔਰ ਫਸਟ ਕੰਟੈਸਟੈਂਟ ਮਤਲਬ ਸਾਡੇ ਇਲਾਕੇ ਦਾ, ਗੁਰਦਾਸਪੁਰ ਇਲਾਕੇ ਦਾ। ਜ਼ੋਰਦਾਰ ਤਾੜੀਆਂ ਦੇ ਨਾਲ, ਜਿਹੜਾ ਤਾੜੀਆਂ ਡਬਲ ਕਰ ਦਿਓ ਮੇਰੇ ਕਰਕੇ, ਜ਼ੋਰਦਾਰ ਤਾੜੀਆਂ ਦੇ ਨਾਲ ਸਾਧੂ ਸਿੰਘ ਆਲ ਦਾ ਵੇ ਫਰੋਮ ਗੁਰਦਾਸਪੁਰ। ਬੈਠੀ ਵੇੜੇ ਬਾਬਲ ਦੇ, ਅੱਲੜ ਉਮਰੇ ਰਾਣੀ ਬੈ
वडाली साहब के इलाके चो हैं तुम ताड़ियाँ ज़्यादा मारनिया भी सपोर्टर वोटर एंड सपोर्टर जोरदार ताड़ियाँ के नाल रणबीर सिंह अमृतसर तो जागते के सुते जागते के
ਬਈ ਹੁਣ ਜਾਗੋ ਆਈਆ ਤੁਹਾਡਾ ਗਾਣਾ ਗਾਇਆ ਜਰਾ ਤੁਸੀਂ ਵੀ ਦੋ ਲਾਈਨਾਂ ਗਾ ਕੇ ਸੁਣਾ ਦਿਓ ਜੁਗਲਬੰਦੀ ਹੋ ਜਾਏ ਨਾ ਵੀ ਹੁਣ ਜੇ ਫੇਵਰੇਟ ਸਿੰਗਰ ਹੈ ਤੇ ਬੰਦੇ ਦਾ ਸਭ ਤੋਂ ਜ਼ਿਆਦਾ ਜਿਹੜਾ ਗਵਈਆ ਉਹਦਾ ਦਿਲ ਕਰਦਾ ਕਿ ਮੇਰਾ ਜਿਹੜਾ ਫੇਵਰੇਟ ਸਿੰਗਰ ਹੈ ਨਾ ਮੈਂ ਉਹਦੇ ਨਾਲ ਗਾਣਾ ਜ਼ੋਰਦਾਰ ਤਾੜੀਆਂ ਗੋਲਡਨ ਸਟਾਰ ਮਲਕੀਤ ਸਿੰਘ ਸਾਗ ਸਰੋਂ ਦਾ ਮੱਕੀ ਦੀ ਰੋਟੀ ਤੂੰ ਨੀ ਅੱਜ ਕੱਲ ਖਾਂਦੀ ਸਭ ਨੇ ਤਾੜੀਆਂ ਮਾਰੀਆਂ ਤੁਹਾਡੀਆਂ ਤਾੜੀਆਂ ਦੇ ਨਾਰੇ ਤੁਮਰੀ ਉਹੀ ਲਾ ਲਓ ਜੀ ਆਹਾ ਜਾਂਦੀ ਕਰਦੀ ਆਰਡਰ ਲੈਂਦੀ ਫੋਨ ਕਮਾਉਂਦੀ ਨੀ ਗਿੱਜ ਗਈ ਪੀਜ਼ੇ ਤੇ ਮੋਟੀ ਹੁੰਦੀ ਜਾਂਦੀ ਨੀ ਬਰਗਰ ਖਾ ਖਾ ਕੇ ਮੋਟੀ ਜਾਂਦੀ ਬਰਗਰ ਖਾ ਖਾ ਕੇ ਮੋਟੀ ਹੁੰਦੀ ਜਾਂਦੀ ਸੂਟ ਜਦੋਂ ਕੋਈ ਮੇਜ ਨਾ ਸੂਟ ਜਦੋਂ ਕੋਈ ਮੇਜ ਨਾ ਹੁਣ ਤੈਂ ਡਾਈਟ ਘਟਾਈ ਆ ਨੀ ਹੁਣ ਜਾਗੋ ਆਈ ਆਪਣੀ ਸਿਹਤ ਲਈ ਵੀ ਜਾਗੋ ਹਾਂਜੀ ਹੋਰ ਕੰਮਾਂ ਲਈ ਵੀ ਜਾਗੋ ਹਾਂਜੀ ਕਿਵੇਂ ਸੀ ਸਾਡੀਆਂ ਬੀਬੀਆਂ ਚਾਹ 'ਚ ਨਹੀਂ ਸ਼ੂਗਰ ਪਾਉਂਦੀਆਂ ਵੈਸੇ ਜਦੋਂ ਮਠਿਆਈ ਮਠਿਊਈ ਕਿਲੋ ਖਾ ਜਾਂਦੀਆਂ ਜੀ ਜਦੋਂ ਡੱਬਾ ਦਿਓ ਧਿਆਨ ਦੇਣਾ ਉਹ ਚਾਹ ਵਿੱਚ ਸ਼ੂਗਰ ਪਾਵੇ ਨਾ ਚਾਹ ਵਿੱਚ ਸ਼ੂਗਰ ਪਾਵੇ ਨਾ ਖਾ ਜਾਵੇ ਕਿਲੋ ਮਠਿਆਈ ਆ ਨੀ ਹੁਣ ਜਾਗੋ ਵੈਰੀ ਮੱਚ ਮਲਕੀਤ ਜੀ ਮਤਲਬ ਤੁਸੀਂ ਰੌਣਕ ਲਾ ਦਿੱਤੀ ਥੈਂਕ ਯੂ ਰਣਬੀਰ ਥੈਂਕ ਯੂ ਜਿਵੇਂ ਮਤਲਬ ਮਲਕੀਤ ਜੀ ਆ ਕੇ ਸਾਡੇ ਰਣਬੀਰ ਦੇ ਟਰਸਟਡ ਪਾਰਟਨਰ ਬਣੇ ਇਸੇ ਤਰ੍ਹਾਂ ਦਾ ਟਰਸਟਡ ਪਾਰਟਨਰ ਜੀ ਫੈਡਰਲ ਬੈਂਕ ਆਪਣੇ ਕਸਟਮਰਸ ਦਾ ਔਰ ਇਸ ਤੋਂ ਬਾਅਦ ਫੋਕ ਰਾਊਂਡ ਦੇ ਵਿੱਚ ਮੈਂ ਸੱਦ ਰਹੀ ਹਾਂ ਅਗਲੀ ਕੰਟੈਸਟੈਂਟ ਜ਼ੋਰਦਾਰ ਤਾੜੀਆਂ ਦੇ ਨਾਲ ਕਪੂਰਥਲਾ ਤੋਂ ਨੇਹਾ ਸ਼ਰਮਾ ਮੇਰੇ ਚੁੱਕ
दुश्मन मरे ना खुशी ना करिए ओ दुश्मन मरे ना खुशी ना करिए सजना भी मर जाना ओ दुश्मन मरे ना खुशी ना करिए सजना भी मर जाना ओ गोड़क नू ओ यार मोहम्मद सपने खाक समाना वीर मेरे आजगनी वीर मेरे आजगनी कहती आ जड़ी नाम साईदा जड़ी नाम अली दा लेंदी आ जड़ी नाम पीर दा लेंदी मजबूर कर देता है सो नैक्सट कंटेस्टेंट सेकेंड लास्ट कंटेस्टेंट चल रहा है फोक राउंड एंड नैक्सट कंटेस्टेंट इज बैनेट दोसांज फ्रॉम दोसांज कला फगवाड़ा हो हाय हो यार फिर जे बड़ा गुमान सी जंडोरे पास नी मैं वट वट कर दू डकरे नाले दूंगा पूर खपा वो मैनू छट कटौंगा लौन दे वो मैनू छट कटौंगा लौन दे नी ना सुते नू जगा नी तेनू दिन चढ़ी दे नू ले चला Hey
मर गया जटबाज भरामा मारिया ते यारो कोई ना मिलजे संग नी मेरे सिरों मड़ा सा ले गया ते नाले गल विच पै गई चंड नी तू मंदा कीता सेवा है नी मेरा तरकश टंगिया जंड हाय 300 कानी जट दी ओए हाय नी मैं दिंदा सियाला नू बंड पहली मारा बीर शुमीर ने ते दूजी कुले दे तंग नी मैं तीजी मारा जोड़ के जटिए नी सेवा जी दिए तू मंग नी सेवा जी दिए तू मंग नी सेवा जी दिए तू मंग थैंक यू लिविंग लेजेंड्स जनाब बाबू सिंह मान ने बड़ा सोना लिखा है हरभजन मान साहब ने अपने करियर दे बहुत सारे हिट गीत उन्होंने गाए ने कि जड़े मिर्जे ने वरते ही ना तो उन्होंने तीरों का की करना जिन्हें तीरों तो डरते ना कां तो उन्होंने तीरों का की करना मेरी अमड़ी दे जायो तो मेरे बाबुल दे चन तारियो जिहड़ी तरले रही पाउंदी वे मेरे मिर्जे नू ना मारियो जिन्हें वीरां ने मारी साहबा तो उन्हें वीरां दा की करना तो जड़े मिर्जे ने वरते ही ना तो उन्हें तीरां दा की करना जोरदार ताड़ी एक बारी जनाब बाबू सिंह मान होनी पंजाब दे लिविंग लैजेंड बड़ी शानदार उन्हें दिक्कत है थैंक यू वेरी मच आओ करिए पुराने रिवाजा ते रीतां दी गल हिप हॉप बहुत हो गया जुड़ी है विरसे दे नाल ते एक बारी फिर करिए लोक गीतां दी गल चल रहा है फोक राउंड और इस राउंड दे लास्ट कंटेस्टेंट ने मुकेरियां तो सिमरन सिंह जोरदार ताड़ियां नाल सिमरन सिंह मुकेरियां तो Right.
ਸਰਬਜੀਤ ਚੀਮਾ ਸਾਹਿਬ ਦਾ ਗਾਣਾ ਮਤਲਬ ਪਰਫਾਰਮਰ ਪੰਜਾਬ ਦੇ ਔਰ ਇਹ ਗੀਤ ਅਮਰ ਗੀਤ ਹੈ ਪੰਜਾਬ ਦੇ ਕੁਛ ਜਿਹੜੇ ਚੁਣਿੰਦੇ ਹੋਏ ਗੀਤ ਨੇ ਉਹਨਾਂ ਦੇ ਵਿੱਚੋਂ ਔਰ ਇਹ ਸੀਗਾ ਪੰਜ ਕੰਟੈਸਟੈਂਟਸ ਦੇ ਨਾਲ ਸਾਡਾ ਪਹਿਲਾ ਰਾਊਂਡ ਫੋਕ ਰਾਊਂਡ।